ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੋਹਾਲੀ ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ, ਉਦੋਂ ਤੱਕ ਜਾਰੀ ਰਹੂਗਾ ਜਿੰਨਾ ਚਿਰ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ। ਜਿਹੜਾ ਅੱਜ ਦਾ ਮੁੱਦਾ ਉਹ ਹੈ ਗੁਰੂ ਘਰਾਂ ਦੇ ਵਿੱਚ ਬੈਠੇ ਹੋਏ ਪ੍ਰਬੰਧਕ ਜਿਹੜੇ ਮਸੰਦਾਂ ਦਾ ਰੋਲ ਨਿਭਾ ਰਹੇ ਨੇ। 2-3 ਦਿਨਾਂ ਤੋਂ ਜਿਹੜਾ ਚਰਚਾ ਦੇ ਵਿੱਚ ਚੱਲ ਰਿਹਾ ਨਾਨਕ ਮਤਾ ਸਾਹਿਬ, ਜੋ ਤਰਸੇਵੇਂ ਨਾਮ ਦਾ ਪਖੰਡੀ ਸਾਧ ਜਿਹੜਾ ਉੱਥੇ ਕਾਬਜ਼ ਸੀ, ਕਾਰ ਸੇਵਾ ਵਾਲੇ ਨਾਂ ਨੂੰ ਬਦਨਾਮ ਕਰ ਰਿਹਾ ਸੀ, ਉਹਨੂੰ ਸਿੰਘਾਂ ਨੇ ਸੋਧਾ ਲਾਇਆ। ਸੋਧਾ ਤਾਂ ਉਹਦੀਆਂ ਕਰਤੂਤਾਂ ਕਰਕੇ ਲਾਤਾ, ਉਹਨਾਂ ਸਿੰਘਾਂ ਨੇ ਜ਼ਿੰਮੇਵਾਰੀ ਵੀ ਲੈ ਲਈ। ਅਤੇ ਪਹਿਲਾਂ ਵੀ ਉਹ ਉਹਨਾਂ ਨੇ ਬੇਅਦਬੀ ਦਾ ਸੋਧਾ ਲਾਇਆ ਸੀਗਾ, ਨੌਜਵਾਨ ਨੇ ਢੋਲ ਵਜਾ ਕੇ ਥਾਣੇ ਦੇ ਵਿੱਚ ਗਿਆ ਸੀਗਾ, ਉਸ ਟਾਈਮ ਵੀਡੀਓ ਵੀ ਉਹਦੀਆਂ ਵਾਇਰਲ ਹੋਈਆਂ। ਹੁਣ ਉਹਨੇ ਫਿਰ ਇੱਕ ਪਖੰਡੀ ਨੂੰ ਸੋਧਾ ਲਾਤਾ। ਇਹ ਜਿਹੜਾ ਤਰਸੇਮੇ ਨਾਂ ਦਾ ਕਾਰ ਸੇਵਾ ਵਾਲਾ ਪਖੰਡੀ ਸੀ, ਪਿਛਲੇ ਸਮੇਂ ਦੇ ਵਿੱਚ ਇਹਨੇ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਕੁਣੀਆਂ ਨਚਾਈਆਂ, ਹੋਰ ਵੀ ਬਹੁਤ ਸਾਰੇ ਗਲਤ ਕੰਮ ਕਰਦਾ ਸੀਗਾ। ਉੱਥੋਂ ਦੀ ਇੱਕ ਸੰਗਤ ਇਕੱਠੀ ਹੋਈ ਸੀ, ਇਹਦੇ ਖਿਲਾਫ਼ ਬਹੁਤ ਵੱਡਾ ਇਕੱਠ ਸੀ। ਵੀਡੀਓ ਵੀ ਵਾਇਰਲ ਹੋ ਰਹੀ ਆ, ਜਿਹਦੇ ਵਿੱਚ ਨੌਜਵਾਨ ਕਹਿ ਰਹੇ ਨੇ ਵੀ ਸਾਨੂੰ ਇਹ ਪਖੰਡੀ ਸਾਧ ਨਹੀਂ ਚਾਹੀਦਾ, ਇਹਨੂੰ ਕੱਢੋ, ਸਾਰੇ ਕਾਰਨਾਮੇ ਇਹਦੇ ਨੇ, ਕਰਤੂਤਾਂ ਇਹਦੀਆਂ ਨੇ, ਗੁਰੂ ਘਰ ਦੀ ਜਿਹੜੀ ਬੇਅਦਬੀ ਕਰ ਰਿਹਾ ਕਰਵਾ ਰਿਹਾ ਇਹ ਮਸੰਦ ਆ, ਇਹ ਸਿੱਖ ਨਹੀਂ। ਉਸੇ ਦੀਆਂ ਕਰਤੂਤਾਂ ਦੇ ਚੱਲਦੇ ਹੋਏ ਅਤੇ ਇਹਨੂੰ ਸਿੰਘਾਂ ਨੇ ਸੋਧਾ ਲਾਇਆ। ਲਾਉਣਾ ਵੀ ਚਾਹੀਦਾ ਜਦੋਂ ਇਹ ਮਸੰਦ ਕਾਬਜ਼ ਹੋ ਜਾਂਦੇ ਨੇ ਗੁਰੂ ਘਰਾਂ ਦੇ ਉੱਤੇ, ਅਤੇ ਫਿਰ ਉਹ ਸੋਧੇ ਦੇ ਹੱਕਦਾਰ ਹੀ ਹੁੰਦੇ ਨੇ, ਫਿਰ ਇਹਨਾਂ ਨੂੰ ਗੱਡੀ ਚਾੜ੍ਹਨਾ ਹੀ ਠੀਕ ਆ। ਪੰਥ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਮਨਮੱਤਾਂ ਨਹੀਂ ਬਰਦਾਸ਼ਤ ਕੀਤੀਆਂ ਜਾਂਦੀਆਂ। ਅਤੇ ਮੈਂ ਜਿਹੜੇ ਡੇਰਿਆਂ ਦੇ ਉੱਤੇ ਕਾਬਜ਼ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੋਟ ਹੇਠ ਗਲਤ ਕੰਮ ਕਰਦੇ ਨੇ, ਸਾਰਿਆਂ ਨੂੰ ਚੇਤਾਵਨੀ ਆ, ਬਖਸ਼ੇ ਤੁਸੀਂ ਵੀ ਨਹੀਂ ਜਾਓਗੇ, ਛੱਡ ਦਿਓ ਪਖੰਡਵਾਦ। ਜੇ ਤੁਸੀਂ ਨਹੀਂ ਰਹਿ ਸਕਦੇ ਗਲਤ ਕੰਮਾਂ ਤੋਂ, ਫਿਰ ਗੁਰੂ ਘਰਾਂ ਦਾ ਛੱਡ ਦਿਓ ਖਹਿੜਾ, ਗੁਰੂ ਘਰਾਂ ਤੋਂ ਬਾਹਰ ਹੋ ਜਾਓ, ਆਪਦੀਆਂ ਕੋਠੀਆਂ ਬਣਾ ਲਓ, ਮਕਾਨ ਬਣਾਓ, ਉੱਥੇ ਜੋ ਕੁਛ ਮਰਜ਼ੀ ਕਰੋ, ਸਿੱਖ ਪੰਥ ਦਾ ਉਹਦੇ ਨਾਲ ਲੈਣਾ ਦੇਣਾ ਨਹੀਂ। ਜਿਹੜੀਆਂ ਗੁਰੂ ਘਰਾਂ ਦੇ ਵਿੱਚ ਮਨਮੱਤਾਂ ਹੁੰਦੀਆਂ ਨੇ, ਗੁਰੂ ਦੀ ਤੁਸੀਂ ਨਰਾਦਰੀ ਕਰਦੇ ਹੋ, ਇਹ ਅਸਹਿਣਯੋਗ ਨੇ, ਸਿੱਖ ਪੰਥ ਕਦੇ ਵੀ ਨਹੀਂ ਸਹੁੰਦਾ। ਫਿਰ ਜਿਹੜੇ ਨੌਜਵਾਨ ਨੇ ਉਹਨਾਂ ਦਾ ਖੂਨ ਖੋਲਦਾ, ਫਿਰ ਜਿਹੜੀ ਸਰਕਾਰ ਆ ਉਹ ਸਾਨੂੰ ਅੱਤਵਾਦੀ ਕਹਿੰਦੀ ਆ, ਵੱਖਵਾਦੀ ਕਹਿੰਦੀ ਆ। ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਣ ਲੱਗ ਪਵੇ, ਜਿਹੜੇ ਨੌਜਵਾਨ ਨੇ ਉਹ ਸਹਾਰ ਨਹੀਂ ਸਕਦੇ, ਫਿਰ ਇਹੀ ਉਹਨਾਂ ਦਾ ਜਿਹੜਾ ਦੁਸ਼ਟਾਂ ਦਾ ਅੰਤ ਇਹੀ ਹੁੰਦਾ ਵਾ ਕਿ ਉਹਨਾਂ ਨੂੰ ਸੋਧਾ ਲੱਗ ਜਾਂਦਾ। ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਮਨਮਤੀਏ ਨੇ, ਜਿਸ ਤਰ੍ਹਾਂ ਆਪਣੇ ਇੱਕ ਹੋਰ ਨੇ ਆ ਚਿੱਟੇ ਜਿਹੇ ਕੱਪੜੇ ਪਾਉਂਦੇ ਨੇ ਜਿਹੜੇ ਭੈਣੀ ਵਾਲੇ, ਇਹ ਵੀ ਗੁਰੂ ਸਾਹਿਬ ਦੇ ਬਰਾਬਰ ਗੱਦੀ ਲਾਉਂਦੇ ਨੇ। ਜਿਹੜਾ ਇਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਬਣਾਇਆ ਹੋਇਆ ਗੁਰੂ, 13-14 ਗਿਣਦੇ ਨੇ ਜਦੋਂ ਅਰਦਾਸ ਕਰਦੇ ਨੇ, ਉਹ 13-14 ਨੌਂ ਲੈ ਲੈਂਦੇ ਨੇ। ਜਿਹੜਾ ਸਾਡਾ ਅਕਾਲ ਤਖਤ ਸਾਹਿਬ ਦੇ ਉੱਥੇ ਕਾਬਜ਼ ਹੋਈ ਮੰਡਲੀ ਬੈਠੀ ਆ, ਉਹਨਾਂ ਨੂੰ ਇਹ ਦਿਸਦੇ ਨਹੀਂ ਹੈਗੇ ਭੈਣੀ ਵਾਲੇ ਨੇ ਜਿਹੜੇ ਜਿਹੜੇ ਨਾਮਧਾਰੀਏ ਨੇ, ਕਿੰਨੀਆਂ ਇਹਨਾਂ ਨੇ ਇੱਕ ਇੱਧਰ ਸਰਸੇ ਕੋਲੇ ਪਿੰਡਾਂ, ਉੱਥੋਂ ਮੈਨੂੰ ਟੈਲੀਫੋਨ ਆਏ ਨੇ, ਗੁਰਦੁਆਰਾ ਪਿੰਡਾਂ ਵਾਲਿਆਂ ਨੇ ਬਣਾਤਾ, ਉੱਥੇ ਜਿਹੜਾ ਗੁਰੂ ਘਰ ਬਣਾਇਆ ਉਹਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ਮਾਨ ਕਰਨ ਦੀ, ਪਰ ਉੱਥੇ ਜਿਹੜੇ ਨਾਮਧਾਰੀਆਂ ਦਾ ਇੱਕ ਧੜਾ ਉਹ ਕਾਬਜ਼ ਹੋ ਗਿਆ ਗੁਰਦੁਆਰੇ ਦੇ ਵਿੱਚ। ਉਹਨਾਂ ਨੇ ਆਪਦੇ ਜਿਹੜਾ ਇਹਨਾਂ ਦਾ ਹੁਣ ਮੌਜੂਦਾ ਮੁਖੀ ਆ ਉਹਦੀ
ਫੋਟੋ ਲਾ ਕੇ ਉਹਦੀ ਉੱਥੇ ਪੂਜਾ ਕਰਦੇ ਨੇ। ਉੱਥੇ ਉੱਥੇ ਉਹ ਪਖੰਡਵਾਦ ਖੋਲ੍ਹ ਰੱਖਿਆ ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ। ਸਰਕਾਰ ਜਿਹੜੀ ਸੁੱਤੀ ਪਈ ਆ, ਜਿਹੜੀ ਹਰਿਆਣਾ ਕਮੇਟੀ ਉਹ ਸੁੱਤੀ ਪਈ। ਹਰਿਆਣਾ ਕਮੇਟੀ ਦੇ ਪ੍ਰਬੰਧਕਾਂ ਨੂੰ ਬਹੁਤ ਕੁਛ ਕਿਹਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹਨੇ ਚਿੱਠੀਆਂ ਭੇਜੀਆਂ ਨੇ, ਸਾਡੇ ਕੋਲ ਵੀ ਉਹਨਾਂ ਦੇ ਫੋਨ ਆ ਰਹੇ ਨੇ। ਮੈਂ ਪੁੱਛਣਾ ਚਾਹੁੰਦਾ ਫਿਰ ਤੁਸੀਂ ਆਹ ਡੰਬਰ ਕਾਹਤੋਂ ਰਚਨੇ, ਜਥੇਦਾਰਾਂ ਦੀਆਂ ਪਦਵੀਆਂ 'ਚ ਕਿਉਂ ਬੈਠੋ? ਛੱਡ ਦਿਓ ਜੇ ਥੋਥੋਂ ਨਹੀਂ ਇਹ ਲੋਟ ਆਉਂਦੇ ਪਖੰਡੀ, ਕਿਸੇ ਕਾਬਲ ਵਰਕਤੀ ਨੂੰ ਬਿਠਾ ਦਿਓ ਉੱਥੇ। ਸਾਰਾ ਕੁਛ ਤੁਹਾਡੀ ਦੇਣ ਆ। ਗੁਰੂ ਘਰਾਂ ਦੇ ਵਿੱਚ ਮਨਾ ਮਤ ਹੁੰਦੀਆਂ ਨੇ। ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਇੱਕ ਮੁਸਲਮਾਨ ਵੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜੇ ਹੈਗੇ ਨੇ ਉਹ ਨਵਾਜ਼ ਪੜ੍ਹ ਰਹੇ ਨੇ। ਇਹ ਵੀ ਨਹੀਂ ਹੋਣਾ ਚਾਹੀਦਾ। ਗੁਰੰਥੀ ਸਿੰਘ ਜਿਹੜਾ ਹੈਗਾ ਚੌਰ ਸਾਹਿਬ ਕਰ ਰਿਹਾ, ਉੱਥੇ ਮਹਾਰਾਜ ਸਰੂਪ 'ਤੇ ਬੈਠਾ, ਜਿਹੜੇ ਮੁਸਲਮਾਨ ਵੀਰ ਨੇ ਉਹ ਨਵਾਜ਼ ਅਦਾ ਦਰਬਾਰ ਦੇ ਵਿੱਚ ਕਰ ਰਹੇ ਨੇ, ਉਹਨਾਂ ਤੋਂ ਐਂ ਬਰਾਬਰ 'ਤੇ ਬੈਠ ਕੇ। ਇਹ ਵੀ ਗਲਤ ਕੰਮ ਆ, ਇਹ ਨਹੀਂ ਹੋਣਾ ਚਾਹੀਦਾ। ਬਾਹਰ ਤੁਸੀਂ ਬਰਾਂਡੇ ਦੇ ਵਿੱਚ ਕਰ ਸਕਦੇ ਹੋ ਨਵਾਜ਼ ਅਦਾ, ਤੁਸੀਂ ਬਾਹਰ ਹੋਰ ਵੀ ਜਿਹੜੇ ਹੈਗੇ ਕਮਰੇ ਉੱਥੇ ਬੈਠ ਕੇ ਵਿਹੜੇ 'ਚ ਕਰ ਸਕਦੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਵਾਜ਼ ਪੜ੍ਹਨੀ ਬਿਲਕੁਲ ਗਲਤ ਆ। ਕਦੇ ਸਾਡੇ ਸਿੰਘਾਂ ਜੇ ਉੱਥੇ ਪੜ੍ਹ ਕੇ ਉੱਥੇ ਰੋੜਾਓ ਨਹੀਂ ਪਊ? ਫਿਰ ਹਿੰਦੂ ਮਤ ਵਾਲੇ ਵੀਰ ਕਈ ਜਿਹੜੇ ਹੈਗੇ ਨੇ ਉਹ ਜਦੋਂ ਦਿਖਾਉਂਦੇ ਨੇ ਉੱਥੇ ਹਵਨ ਕਰਦੇ ਨੇ, ਫਿਰ ਸਾਡੇ ਵਾਲਾ ਲਾਣਾ ਤੜਫ ਉੱਠਦਾ ਉਸ ਵੇਲੇ ਵੀ ਹਾਂ ਹਾਂ ਇਹਨਾਂ ਨੇ ਉੱਥੇ ਅੰਦਰ ਹਵਨ ਕਿਉਂ ਕਰਾਇਆ। ਉਹ ਵੀ ਕਰ ਸਕਦੇ ਨੇ ਜੇ ਤੁਸੀਂ ਨਵਾਜ਼ ਅੰਦਰ ਪੜ੍ਹਾ ਸਕਦੇ ਹੋ, ਫਿਰ ਉਹ ਵੀ ਤਾਂ ਵਿੱਚ ਹੀ ਆਉਂਦੇ ਨੇ। ਅਸੀਂ ਸਾਰੇ ਦਾ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਉਹ ਵੀ ਤਾਂ ਵਿੱਚ ਹੀ ਆਉਂਦੇ ਨੇ ਨਾ। ਫਿਰ ਉਹਨਾਂ ਨੂੰ ਵੀ ਨਾ ਤੁਸੀਂ ਰੋਕਿਆ ਕਰੋ, ਉਹਨਾਂ 'ਤੇ ਤੁਸੀਂ ਡੰਬਰ ਚੱਕ ਲੈਂਦੇ ਹੋ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਦਰਬਾਰ ਸਾਹਿਬ ਦੇ ਵਿੱਚ ਸਿਰਫ ਗੁਰਬਾਣੀ ਪੜ੍ਹੀ ਜਾਵੇ। ਨਾ ਤਾਂ ਇਹ ਸਾਨੂੰ ਮਸਜਿਦ ਦੇ ਵਿੱਚ ਜਾ ਕੇ ਨਵਾਜ਼ ਪੜ੍ਹਨ ਦਾ ਹੋਆ ਕੋਈ ਸਿੰਘ ਪੜ੍ਹ ਸਕਦਾ, ਨਾ ਮੰਦਰ ਦੇ ਵਿੱਚ ਜਾ ਕੇ ਤੁਸੀਂ ਕਰ ਸਕਦੇ। ਇਸ ਕਰਕੇ ਅਸੀਂ ਸਤਿਕਾਰ ਮੁਸਲਮਾਨ ਵੀਰਾਂ ਦਾ ਵੀ ਕਰਦੇ ਹਾਂ, ਅਸੀਂ ਸਤਿਕਾਰ ਹਿੰਦੂ ਵੀਰਾਂ ਦਾ ਵੀ ਕਰਦੇ ਹਾਂ, ਸਾਰਿਆਂ ਦਾ ਜਿਹੜੇ ਧਰਮ ਨੇ ਉਹਨਾਂ ਦਾ ਕਰਦੇ ਹਾਂ। ਪਰ ਜਿਹੜਾ ਪਖੰਡਵਾਦ ਆ, ਜਿਹੜਾ ਮਨਮਤ ਗੁਰੂ ਦਰਬਾਰੇ ਦੇ ਵਿੱਚ ਹੋ ਰਹੀ ਆ, ਅਸੀਂ ਇਸ ਦੀ ਉਲਟਾਂ ਹੱਕ ਸੱਚ ਦਾ ਸੀ ਜਿਹੜੀ ਆਵਾਜ਼ ਬੁਲੰਦ ਕਰਦੇ ਰਹਾਂਗੇ। ਅੱਜ ਤੁਸੀਂ ਉਹਨਾਂ ਤੋਂ ਨਵਾਜ਼ ਵੀਰਾਂ ਤੋਂ ਪੜ੍ਹਾਤੀ, ਕੱਲ੍ਹ ਨੂੰ ਫਿਰ ਉੱਥੇ ਹਵਨ ਹੋਣਗੇ, ਕੱਲ੍ਹ ਨੂੰ ਫਿਰ ਉੱਥੇ ਜਿਹੜਾ ਹੈਗਾ ਉਹ ਗੀਤਾ ਦਾ ਪਾਠ ਹੋਊ, ਫਿਰ ਤੁਸੀਂ ਰੌਲਾ ਪਾਉਣਾ। ਇਸ ਕਰਕੇ ਮੈਂ ਬੇਨਤੀਆਂ ਕਰਦਾ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਨੇ ਸਾਰੇ, ਉਹ ਇਹੋ ਜਿਹੀਆਂ ਗੱਲਾਂ ਵੱਲ ਧਿਆਨ ਦੇਣ। ਚੁੱਪ ਨਹੀਂ ਬੈਠਣਾ ਚਾਹੀਦਾ ਸਿੱਖ ਨੂੰ। ਅਸਲ ਤਾਂ ਸਾਰੀਆਂ ਗਲਤੀਆਂ ਅਕਾਲ ਤਖ਼ਤ ਦੇ ਜਥੇਦਾਰਾਂ ਦੀਆਂ ਨੇ, ਜਿਹੜੇ ਉੱਥੇ ਬੈਠੇ ਆ ਚੁੱਪ ਕਰੀ, ਜਿਨ੍ਹਾਂ ਦੇ ਮੂੰਹਾਂ 'ਚ ਘੁੰਗਲੀਆਂ ਪਈਆਂ ਹੋਈਆਂ ਨੇ। ਕੋਈ ਜਥੇਦਾਰ ਨਹੀਂ ਹੈਗਾ, ਕੋਈ ਸੰਪਰਤਾ ਵੀ ਨਹੀਂ ਹੈਗੀ, ਕਿਸੇ 'ਤੇ ਜ਼ੁਰਤ ਹੀ ਨਹੀਂ ਹੈਗੀ। ਅਤੇ ਨਿਹੰਗ ਸਿੰਘ ਨੇ ਚਾਹੇ ਉਹ ਟਕਸਾਲਾਂ ਨੇ, ਕੋਈ ਵੀ ਨਹੀਂ ਜ਼ੁਰਤ ਹੈਗਾ। ਜੇ ਮਨਮਤ ਰੋਕੀ ਜਾਵੇ, ਵੱਡੇ ਵੱਡੇ ਜਿਹੜੇ ਪਖੰਡ ਵਾਲੀ ਸੰਪਰਤਾਵਾਂ ਨੇ, ਜਿਹੜੇ ਆਹ ਨਾਮਧਾਰੀਏ ਨੇ, ਕਿੰਨਾ ਪਖੰਡ ਕਰਦੇ ਨੇ। ਗੁਰੂ ਸਾਹਿਬ ਦੀ ਅਰਦਾਸ ਕਿਵੇਂ ਕਰਦੇ ਨੇ ਉੱਥੇ, ਆਪਦਾ ਚੌਰ ਕਰ ਰਹੇ ਨੇ। ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਗੁਰੂ ਸਾਹਿਬ ਦੇ ਬਰਾਬਰ ਗੱਦੀ ਲਾਉਂਦੇ ਨੇ, ਉੱਥੇ ਚੰਦੂਆ ਲਾਉਂਦੇ ਨੇ। ਜੇ ਕੋਈ ਹੋਰ ਰਲੇ ਫਿਰ ਤੁਸੀਂ ਤੱਤੇ ਹੋ ਜਾਂਦੇ ਹੋ। ਫਿਰ ਉਦੋਂ ਹੁਣ ਟਕਸਾਲਾਂ ਜਾਂ ਨਿਹੰਗ ਸਿੰਘ ਜਾਂ ਹੋਰ ਵੱਡੀਆਂ ਸੰਪਰਦਾਵਾਂ ਕਿੱਥੇ ਜਾਂਦੇ ਨੇ? ਅਕਾਲ ਤਖ਼ਤ ਕਿੱਥੇ ਜਾਂਦਾ ਉਸ ਵੇਲੇ? ਅਕਾਲ ਤਖ਼ਤ ਤਾਂ ਸਤਿਕਾਰ ਜੂਗਾ, ਪਰ ਉੱਥੇ ਦੇ ਜਥੇਦਾਰ ਕਿੱਥੇ ਜਾਂਦੇ ਨੇ? ਸ਼੍ਰੋਮਣੀ ਕਮੇਟੀ ਕਿੱਥੇ ਜਾਂਦੀ ਆ ਉਸ ਵੇਲੇ ਜਦੋਂ ਇਹੋ ਜਿਹੇ ਪਖੰਡ? ਇਹਨਾਂ ਬਾਰੇ ਤੁਸੀਂ ਤੁਹਾਡੇ ਮੂੰਹ 'ਚ ਘੁੰਗਣੀਆਂ ਪੈਂਦੀਆਂ, ਕਿਉਂਕਿ ਵੋਟਾਂ ਦਾ ਮਸਲਾ ਸਾਰਾ ਤੁਸੀਂ ਰਾਜਨੀਤੀ ਦੇ ਵਿੱਚ ਆਏ ਹੋਏ ਹੋ। ਮੈਂ ਸਰਬੱਤ ਸੰਗਤਾਂ ਨੂੰ ਬੇਨਤੀਆਂ ਕਰਦਾ, ਜਦੋਂ ਇਹੋ ਜਿਹਾ ਪਖੰਡ ਗੁਰੂ ਘਰਾਂ ਦੇ ਵਿੱਚ ਆ ਜਾਵੇ, ਫਿਰ ਉਦੋਂ ਸੱਚ ਦੀ ਆਵਾਜ਼ ਬੁਲੰਦ ਕਰਿਆ ਕਰੋ। ਮੈਂ ਸਾਰਿਆਂ ਨੂੰ, ਜਿੱਥੇ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੀ ਕਿ ਜਿਹੜਾ ਇਹੋ ਜਿਹਾ ਪਖੰਡ ਕਰਦਾ ਉਹਦਾ ਸਖ਼ਤ ਡੱਟ ਕੇ ਵਿਰੋਧ ਕਰਿਆ ਕਰੋ। ਅਤੇ ਅਸੀਂ ਤਾਂ ਹੱਕ ਸੱਚ ਦੀ ਆਵਾਜ਼ ਆ ਜਿਹੜੀ ਬੁਲੰਦ ਕਰਨੀ ਆ। ਗੁਰੂ ਘਰਾਂ ਦੇ ਵਿੱਚ ਸਿਰਫ ਬਾਣੀ ਹੀ ਪੜ੍ਹੀ ਜਾਵੇ, ਗੁਰੂ ਦਾ ਸਤਿਕਾਰ ਹੋਵੇ, ਗੁਰੂ ਤੋਂ ਵੱਡਾ ਕੋਈ ਨਹੀਂ ਹੈਗਾ। ਇਹਨਾਂ ਨੇ ਜਿਹੜਾ ਹੈਗਾ ਪਖੰਡਵਾਦੀ ਡੇਰੇ ਧਾਰੀਆਂ ਨੇ, ਸਾਡਾ ਜਿਹੜਾ ਹੈਗਾ
ਉਹ ਗੁਰੂ ਸਾਹਿਬ ਦਾ ਬਹੁਤ ਨਿਰਾਦਰ ਕਰਦੇ ਨੇ, ਅਸੀਂ ਇਹ ਨਿਰਾਦਰ ਸਹਿ ਨਹੀਂ ਸਕਦੇ। ਫਿਰ ਤੁਸੀਂ ਕਹਿ ਦਿੰਦੇ ਹੋ ਸੋਧਾ ਲੱਗ ਗਿਆ, ਸਿੰਘਾਂ ਨੇ ਐਂ ਕਰਤਾ, ਫਿਰ ਹੋਰ ਸਿੰਘ ਕਰਨ ਵੀ ਕੀ? ਇਹ ਸਾਰੇ ਜਿਹੜੇ ਤਖਤਾਂ 'ਤੇ ਬੈਠੇ ਜਥੇਦਾਰ ਨੇ, ਕਮੇਟੀਆਂ ਨੇ, ਉਹ ਸਾਰੇ ਜ਼ਿੰਮੇਦਾਰ ਨੇ ਇਸ ਗੱਲਾਂ ਦੀਆਂ। ਜਦੋਂ ਇਹ ਕੋਈ ਆਵਾਜ਼ ਨਹੀਂ ਚੱਕਦੇ, ਇਹ ਕੋਈ ਕਿਸੇ ਨੂੰ ਕਹਿੰਦੇ ਨਹੀਂ। ਗ੍ਰੰਥੀ ਸਿੰਘਾਂ ਦਾ ਹਾਲ ਦੇਖ ਲਓ, ਵਿਚਾਰੇ ਕਿਵੇਂ ਕੱਢਦੇ ਨੇ। ਕੋਈ ਗ੍ਰੰਥੀ ਸਿੰਘ ਦੀ ਰੋਜ਼ ਨਿੱਤ ਵੀਡੀਓ ਆਉਂਦੀ ਆ, ਕਿੰਨਾ ਉਹਨਾਂ ਦਾ ਨਿਰਾਦਰ ਹੋ ਰਿਹਾ। ਜਿਹੜੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ, ਜਦੋਂ ਜੀ ਕਰਦਾ ਗ੍ਰੰਥੀ ਸਿੰਘ ਨੂੰ ਕਹਿੰਦੇ ਬਾਹਰ ਨਿਕਲ, ਕੀਰਤੀਨੇ ਸਿੰਘ ਨੂੰ ਕਹਿੰਦੇ ਬਾਹਰ ਨਿਕਲ, ਆਪਦੀ ਮਰਜ਼ੀ ਨਾਲ ਨੌਕਰ ਬਣਾ ਕੇ ਰੱਖ ਲਿਆ ਗ੍ਰੰਥੀ ਸਿੰਘਾਂ ਨੂੰ। ਕਿੰਨੇ ਗ੍ਰੰਥੀ ਸਿੰਘਾਂ ਨੇ ਗ੍ਰੰਥੀ ਪੁਣਾ ਛੱਡ ਕੇ, ਕੀਰਤਨ ਜਿਹੜਾ ਹੈਗਾ ਉਹ ਛੱਡ ਕੇ, ਜਿਹੜੇ ਹੈਗੇ ਉਹ ਹੋਰ ਕਾਰੋਬਾਰ ਖੋਲ੍ਹਣ ਜਾ ਰਹੇ ਨੇ। ਕੀ ਕਾਰਨ? ਜੋ ਤੁਸੀਂ ਨਿਤ ਹਰ ਰੋਜ਼ ਉਹਨਾਂ ਦੇ ਬੱਚਿਆਂ ਦਾ ਖਿਆਲ ਨਹੀਂ ਰੱਖਦੇ, ਉਹਨਾਂ ਦਾ ਖਿਆਲ ਨਹੀਂ ਰੱਖਦੇ, ਤਨਖਾਹਾਂ ਦੇਣੀਆਂ 2-4 ਹਜ਼ਾਰ ਰੁਪਇਆ ਨੌਕਰ ਬਣਾ ਕੇ ਤੁਸੀਂ ਰੱਖਿਆ ਹੋਇਆ ਗੁਰੂ ਘਰਾਂ ਦੇ ਵਿੱਚ। ਇਸ ਕਰਕੇ ਜਿੰਨਾ ਚਿਰ ਖਾਲਸਾ ਪੰਥ ਇੱਕ ਨਿਸ਼ਾਨ ਥੱਲੇ ਇਕੱਠਾ ਨਹੀਂ ਹੁੰਦਾ, ਇਹੋ ਜਿਹੇ ਗੁਰਮਤੇ ਪਾਸ ਨਹੀਂ ਕਰਦਾ, ਅਸੀਂ ਹੋਰ ਬਹੁਤ ਗੱਲਾਂ ਕਰਦੇ ਹਾਂ। ਮੈਂ ਕਹਿੰਦਾ ਸੰਪਰਦਾਵਾਂ ਨੂੰ, ਤੁਸੀਂ ਸੁੱਤੇ ਕਿਉਂ ਪਏ ਹੋ? ਤੁਹਾਡੀਆਂ ਕਿਉਂ ਜ਼ਮੀਰਾਂ ਨਹੀਂ ਜਾਗਦੀਆਂ? ਕਿਉਂ ਆਵਾਜ਼ ਬੁਲੰਦ ਨਹੀਂ ਕਰਦੇ? ਕਦੇ ਇਸ ਗੱਲ 'ਤੇ ਤੁਸੀਂ ਨੇ ਪੰਜਾਂ ਸਿੰਘਾਂ ਸਾਹਿਬਾਨਾਂ ਨੇ ਕਦੇ ਮਤਾ ਪਕਾਇਆ? ਬੇਅਦਬੀ ਦੇ ਮੁੱਦੇ 'ਤੇ ਕਦੇ ਪੰਜ ਸਿੰਘ ਸਾਹਿਬਾਨ ਇਕੱਠੇ ਹੋਏ ਨੇ? ਦੱਸੋ ਮੈਨੂੰ ਵੀ ਉੱਥੇ ਇੰਨੀਆਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ? ਕਿੱਥੇ ਬੁਲਾਇਆ ਇਹਨਾਂ ਨੇ? ਵੱਡਾ ਸਾਰਾ ਇਕੱਠ ਜੇ ਬੁਲਾਉਂਦੇ ਉਹ ਆਪਦਾ ਲਾਣਾ ਬੁਲਾ ਲੈਂਦੇ ਨੇ, ਜਿਹਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਨੇ ਪਿੱਠ ਲਗੋ ਆ ਜਾਂਦੇ ਨੇ, ਦੂਜਿਆਂ ਨੂੰ ਤੁਸੀਂ ਬੁਲਾਉਂਦੇ ਹੀ ਨਹੀਂ। ਹੋਰ ਸੰਪਰਦਾਵਾਂ ਨੇ ਕਦੇ ਮੂੰਹ ਖੋਲਿਆ ਵੀ ਤੁਸੀਂ ਇਹ ਕਿਉਂ ਨਹੀਂ ਇਹਨਾਂ 'ਤੇ ਗੱਲਾਂ 'ਤੇ ਧਿਆਨ ਦਿੰਦੇ? ਸਿਰਫ ਡੇਰੇਬਾਜ਼ ਨੂੰ ਵਧਾਉਣ 'ਤੇ ਬਹੁਤ ਕੁਛ ਆ, ਸਾਰੀਆਂ ਸੰਪਰਦਾਵਾਂ ਨਕੰਮੀਆਂ ਹੋਈਆਂ ਬੈਠੀਆਂ ਨੇ, ਕੋਈ ਵੀ ਆਵਾਜ਼ ਬੁਲੰਦ ਨਹੀਂ ਕਰਦਾ ਇਸ 'ਤੇ। ਜਿੰਨਾ ਚਿਰ ਸਖ਼ਤ ਸਟੈਂਡ ਨਹੀਂ ਲੈਂਦੇ, ਜਿੰਨਾ ਚਿਰ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਨਹੀਂ ਹੁੰਦਾ, ਉਹ ਜਗਤਾਰ ਸਿੰਘ ਹਵਾਰਾ ਜਿਹੜਾ ਅੰਦਰ ਬੈਠਾ ਉਹਨੂੰ ਛਡਾ ਲਈਏ ਫਿਰ ਸਾਰੇ ਕੰਮ ਬਣ ਜਾਣਗੇ, ਪਰ ਸਾਡੇ ਵਾਲੇ ਲਾਣਾ ਨਹੀਂ ਛਡਾਉਣ ਦਿੰਦਾ। ਜਿਹੜਾ ਕੋਈ ਚੰਗਾ ਕੰਮ ਕਰਦਾ ਉਹਦਾ ਅਸੀਂ ਸਾਥ ਨਹੀਂ ਦਿੰਦੇ, ਅਸੀਂ ਉਹਦੇ ਮਗਰ ਨਹੀਂ ਜਾਂਦੇ, ਲੱਤਾਂ ਖਿੱਚਦੇ ਹਾਂ ਵੀ ਇਹ ਸਾਥੋਂ ਮੂਹਰੇ ਕਿਉਂ ਨਿਕਲ ਗਿਆ। ਤੁਹਾਡੀਆਂ ਜ਼ਮੀਰਾਂ ਜਥੇਦਾਰੋ, ਪ੍ਰਧਾਨੋ, ਸਾਰੇ ਜਥੇਬੰਦੀਆਂ ਦੇ ਜਿਹੜੇ ਵੱਡੇ ਵੱਡੇ ਨੇ ਲੀਡਰ, ਤੁਹਾਡੀਆਂ ਜਥੇਦਾਰੀਆਂ ਜਿਹੜੀਆਂ ਹੈਗੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ। ਅਕਾਲ ਤਖ਼ਤ ਦੀ ਤੁਸੀਂ ਨਜਾਇਜ਼ ਵਰਤੋਂ ਕਰਦੇ ਹੋ, ਅਕਾਲ ਤਖ਼ਤ ਸਾਹਿਬ ਮਹਾਨ ਆ, ਤੁਸੀਂ ਅਕਾਲ ਤਖ਼ਤ ਸਾਹਿਬ ਦਾ ਇੱਕ ਜਿਹੜਾ ਸਹਾਰਾ ਲੈ ਲੈ ਕੇ ਆਹ ਮਨਮਤਾਂ ਜਿਹੜੀਆਂ ਹੋ ਰਹੀਆਂ ਨੇ ਗੁਰੂ ਘਰਾਂ ਦੇ ਅੰਦਰ, ਜੋ ਲੋਕ ਕਮੇਟੀਆਂ ਬਣਾ ਕੇ ਪੈਸਾ ਹੜੱਪ ਰਹੇ ਨੇ, ਇਕੱਠੇ ਕਰ ਰਹੇ ਨੇ ਆਪਣੇ ਪ੍ਰਧਾਨਗੀਆਂ ਦੀ ਚੌਧਰਾਂ ਦੀ ਖਾਤਰ, ਜਿਹੜੇ ਗੁਰਮੁਖ ਬੰਦੇ ਨੇ ਉਹਨਾਂ ਨੂੰ ਦੁਖੀ ਕੀਤਾ ਜਾ ਰਿਹਾ, ਗ੍ਰੰਥੀ ਸਿੰਘਾਂ ਨੂੰ, ਕੀਰਤੀ ਸਿੰਘਾਂ ਨੂੰ, ਜਿਹੜਾ ਪਖੰਡਵਾਦ, ਆਏ ਦਿਨ ਕੋਈ ਨਾ ਕੋਈ ਆਉਂਦੀ ਆ ਵੀਡੀਓ, ਕਿਤੇ ਗੁਰੂ ਘਰਾਂ ਦੇ ਵਿੱਚ ਕੋਈ ਨੱਚਣ ਲੱਗ ਗਿਆ, ਕਿਤੇ ਕੋਈ ਕੁਛ ਕਰਦਾ, ਫਿਰ ਬਾਜ਼ ਆ ਜਾਓ, ਨਹੀਂ ਤਾਂ ਫਿਰ ਇਸੇ ਤਰ੍ਹਾਂ ਜਿਹੜੇ ਸਿੰਘ ਨੇ ਕੋਈ ਨਾ ਕੋਈ ਗੁਰੂ ਸਾਹਿਬ ਕਿਸੇ ਨਾ ਕਿਸੇ ਸਿੰਘ ਤੋਂ ਸਿਵਾ ਲੈ ਲੈਂਦਾ, ਫਿਰ ਸੋਧੇ ਜਾਂਦੇ ਨੇ ਅਤੇ ਫਿਰ ਰੌਲਾ ਪੈ ਜਾਂਦਾ ਵਾ। ਇਸ ਕਰਕੇ ਉਹ ਜਿਹੜਾ ਪਖੰਡੀ ਸਾਧ ਸੋਧਿਆ ਉਹਨਾਂ ਸਿੰਘਾਂ ਦਾ ਅਸੀਂ ਪੂਰਨ ਤੌਰ 'ਤੇ ਸਮਰਥਨ ਕਰਦੇ, ਉਹਨਾਂ ਨੇ ਜ਼ਿੰਮੇਦਾਰੀ ਲਈ ਆ, ਭੱਜਣਾ ਨਹੀਂ ਚਾਹੀਦਾ ਸੋਧ ਕੇ, ਕੋਈ ਗੱਲ ਨਹੀਂ, ਸੇਵਾ ਗੁਰੂ ਸਾਹਿਬ ਨੇ ਲਈ ਆ, ਪੰਥ ਉਹਨਾਂ ਦੇ ਨਾਲ ਆ। ਅਤੇ ਉੱਥੋਂ ਜਿਹੜੇ ਸਿੰਘ ਹੋਰ ਵੀ ਬਹੁਤ ਸਾਰੇ ਵੀਡੀਓ ਪਾ ਰਹੇ ਨੇ, ਉਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਜਿਹੜਾ ਹੁਣ ਉਹਦੇ ਭੋਗ 'ਤੇ ਜਾਊਗਾ ਉਹ ਸਾਰੇ ਦੇਖੇ ਜਾਣਗੇ, ਪਤਾ ਲੱਗ ਜੂ ਵੀ ਕਿਹੜਾ RSS ਦਾ ਬੰਦਾ ਜਿਹੜਾ ਉਹਦੇ ਨਾਲ ਜੁੜਿਆ ਹੋਇਆ। ਦੇਖੇ ਹੀ ਆ ਤੁਸੀਂ ਕੱਲ੍ਹ ਕਿੰਨਾ ਇਕੱਠ ਸੀਗਾ। ਇਸ ਕਰਕੇ ਜਿਹੜੇ ਗੁਰੂ ਘਰਾਂ ਦੇ ਉੱਤੇ ਕਾਬਜ਼ ਨੇ, ਧਿਰਾਂ ਨੇ, ਜਥੇਬੰਦੀਆਂ ਨੇ, ਉਹ ਸਾਰੀਆਂ ਸੁਚੇਤ ਹੋ ਜਾਣ। ਗੁਰੂ ਘਰਾਂ ਦੇ ਵਿੱਚ ਜਿਹੜਾ ਪਖੰਡ ਆ, ਗੁਰੂ ਸਾਹਿਬ ਦੀ ਬੇਅਦਬੀ, ਮਨ ਮਤ, ਇਹ ਕਦੇ ਵੀ ਪੰਥ ਸਹਾਰ ਨਹੀਂ ਸਕਦਾ। ਜਿਹੜੇ ਬਾਣੀ ਪੜ੍ਹਨ ਵਾਲੇ ਸਿੰਘ ਨੇ ਉਹ ਸਹਾਰ ਨਹੀਂ ਸਕਦੇ, ਪੰਥ ਦਰਦੀ ਸਹਾਰ ਨਹੀਂ ਸਕਦੇ, ਫਿਰ ਉਹਨਾਂ ਨੂੰ ਆਖਿਰਕਾਰ ਫਿਰ ਸੋਧਾ ਲਾਉਣਾ ਪੈਂਦਾ। ਇਸ ਕਰਕੇ ਜਿਹੜੀਆਂ ਸੰਪਰਦਾਵਾਂ ਨੇ ਉਹ ਵੀ ਉੱਠੋ, ਜਾਗੋ,
ਜ਼ਮੀਰਾਂ ਨੂੰ ਜਾਗਾ ਲਓ, ਬਸ ਅੰਦਰ ਹੀ ਡੇਰੇਬਾਦ ਨੂੰ ਨਾ ਵਧਾਈ ਚੱਲੋ। ਅਕਾਲ ਤਖ਼ਤ ਦੇ ਜਿਹੜੇ ਜਥੇਦਾਰ ਬੈਠੇ ਨੇ ਉੱਥੇ ਉਹ ਗੁੰਮ ਬੈਠੇ ਨੇ, ਲਿਆਓ ਬੱਬਰ ਸ਼ੇਰ ਨੂੰ ਫਿਰ ਸਾਰਾ ਕੁਛ ਕਰਨ। ਸੰਗਤ ਜੀ ਤੁਸੀਂ ਸੱਚੇ ਸੁੱਚੇ ਬੰਦੇ ਦਾ ਕਿਸੇ ਦਾ ਸਾਥ ਨਹੀਂ ਦਿੰਦੇ, ਸਾਥ ਦਿਓ ਇਹਨਾਂ ਨੂੰ, ਪਖੰਡੀਆਂ ਨੂੰ ਬਾਹਰ ਕੱਢੋ ਇੱਥੋਂ, ਇਹਨਾਂ ਦੀ ਜਥੇਦਾਰੀਆਂ ਖਤਮ ਕਰਕੇ ਚੰਗੇ ਬੰਦੇ ਬਿਠਾਈਏ, ਤਾਂ ਜਿਹੜਾ ਪੰਥ ਦਾ ਜਿਹੜਾ ਹੈਗਾ ਉਹ ਬਚ ਸਕਦਾ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਗਲਬਾ ਉਹ ਟੈਟ ਹੁੰਦਾ ਜਾਂਦਾ, ਅਸੀਂ ਦੁਸ਼ਮਣ ਨਾਲ ਲੜ ਸਕਦੇ ਹਾਂ। ਬਾਹਰੀ ਜਿਹੜਾ ਸਾਡਾ ਦੁਸ਼ਮਣ, ਜਿਹੜੇ ਅੰਦਰੂਨੀ ਸਾਡੇ ਦੁਸ਼ਮਣ ਨੇ, ਉਹ ਸਾਨੂੰ ਖਤਮ ਕਰਨ 'ਤੇ ਤੁਲੇ ਹੋਏ ਨੇ। ਇੰਨੀਆਂ ਬੇਨਤੀਆਂ ਨੇ, ਸਾਰੀ ਸੰਗਤ ਸੁਚੇਤ ਹੋਵੇ, ਜਿੱਥੇ ਜਿੱਥੇ ਵੀ ਪਖੰਡਵਾਦ ਚੱਲਦਾ ਜਾਤ ਪਾਤ ਦੇ ਨਾਂ 'ਤੇ, ਕਿਤੇ ਦੋ ਦੋ ਵਾਟੇ ਕਰਤੇ, ਕਿਤੇ ਲੰਗਰ ਲਾ ਤੇ, ਕਿਤੇ ਭਾਂਡੇ ਚਿਣ ਤੇ, ਇੱਕ ਪੁੱਚੋ ਮੰਡੀ ਵਾਲਾ ਸਾਧ ਆ ਮਲੰਗ ਜਾ ਵੱਡੇ ਸਾਰੇ ਢਿੱਡ ਵਾਲਾ, ਉਹ ਬਹੁਤ ਜਾਤ ਪਾਤ ਦੇ ਭਾਂਡੇ ਬਣ ਰੱਖੇ ਨੇ, ਇਹਨਾਂ ਦਾ ਬਾਈਕਾਟ ਨਹੀਂ ਕਰਦੇ, ਉਹਨਾਂ ਨੂੰ ਰੱਬ ਬਣਾਈ ਫਿਰਦੇ ਤੁਸੀਂ। ਸਾਡਿਆਂ 'ਚ ਵੀ ਗਲਤੀ ਹੈ, ਛੱਡ ਦਿਓ ਇਹਨਾਂ ਦਾ ਖੈਰਾ, ਪੁੱਛੋ ਇਹਨਾਂ ਨੂੰ ਕਿਉਂ ਨਹੀਂ ਪੁੱਛਦੇ ਤੁਸੀਂ, ਜਿਹੜੇ ਜਾਤਾਂ ਦੇ ਆਧਾਰ 'ਤੇ ਗੁਰੂ ਘਰਾਂ ਨੂੰ ਗੁਰੂ ਸਾਹਿਬ ਨੂੰ ਵੰਡਤਾ, ਅੰਮ੍ਰਿਤ ਵੰਡਤਾ, ਗੁਰਦੁਆਰੇ ਵੰਡਤੇ, ਸਾਰਾ ਕੁਛ ਕਰਤਾ, ਇਹੋ ਜਿਹਾ ਦਾ ਖੈੜਾ ਛੱਡੋ। ਸਾਡੀਆਂ ਵੀ ਗਲਤੀਆਂ ਨੇ, ਸੰਗਤ ਦੀਆਂ ਵੀ ਗਲਤੀਆਂ ਨੇ, ਤੁਸੀਂ ਹਜੇ ਵੀ ਰੱਬ ਰੱਬ ਕਰਦੇ ਫਿਰਦੇ, ਉਹਨਾਂ ਨੂੰ ਪੂਜਦੇ ਫਿਰਦੇ ਹੋ ਜਿਨ੍ਹਾਂ ਨੇ ਸਿਧਾਂਤ ਤੋੜਿਆ, ਗੁਰੂ ਦੀ ਮਰਿਆਦਾ ਤੋੜੀ ਆ। ਇਸ ਕਰਕੇ ਜਿੰਨਾ ਚਿਰ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੋਈ ਚੜ੍ਹਦੀ ਕਲਾ ਵਾਲਾ ਜਥੇਦਾਰ ਨਹੀਂ ਆਉਂਦਾ, ਜਿਸ ਤਰ੍ਹਾਂ ਜਗਤਾਰ ਸਿੰਘ ਹਵਾਰਾ, ਅਕਾਲੀ ਫੂਲਾ ਸਿੰਘ ਦਾ ਰੂਪ ਨਹੀਂ ਆਉਂਦਾ, ਤਿਆਰ ਪਰ ਤਿਆਰ ਉਹਨਾਂ 'ਚ ਗੱਲ ਨਹੀਂ ਬਣਦੀ, ਇਹਨਾਂ ਨੇ ਤਾਂ ਇਸੇ ਤਰ੍ਹਾਂ ਹੀ ਪਖੰਡਵਾਦ ਦਾ ਜਿਹੜਾ ਹੈਗਾ ਬੋਲਬਾਲਾ ਰਹੂਗਾ। ਇਸ ਕਰਕੇ ਮੈਂ ਸਾਰਿਆਂ ਨੂੰ ਸਿਮਰਨ ਸਹਿਤ ਸੰਗਤ ਨੂੰ ਬੇਨਤੀ ਕਰਦਾ, ਸੱਤ ਦਾ ਸਾਥ ਦਿਆ ਕਰੋ, ਜਿੱਥੇ ਪਖੰਡਵਾਦ ਚੱਲਦਾ ਮਨਮਤ ਚੱਲਦੀ ਆ ਉੱਥੇ ਆਵਾਜ਼ ਬੁਲੰਦ ਕਰਿਆ ਕਰੋ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।